ਆਗਾਮੀ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ। ਇਸੇ ਦੇ ਮੱਦੇਨਜ਼ਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਵੀ ਆਮ ਆਦਮੀ ਪਾਰਟੀ ਨੇ ਇੱਕ ਰੋਡ ਸ਼ੋਅ ਕੱਢਿਆ, ਜਿਸ ਵਿੱਚ ਆਪ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਹੈ। ਅਸੀਂ ਆਮ ਆਦਮੀ ਦਾ ਰੋਡ ਸ਼ੋਅ ਹੈ, ਉਹਦੇ ਵਾਸਤੇ ਖੜੇ, ਉਹਦੀ ਵੇਟ ਕਰ ਰਹੇ ਹਾਂ। ਸਾਨੂੰ ਸ਼ੌਕ ਹੈ ਇਸ ਪਾਰਟੀ ਵਿੱਚ, ਇਹਦੀ ਇਮਾਨਦਾਰੀ ਦੇਖ ਕੇ, ਅਸੀਂ ਇਹਦਾ ਕੰਮ ਦੇਖ ਕੇ ਅਸੀਂ ਇਹਦੇ ਵਿੱਚ ਆਏ ਹਾਂ। ਸਾਨੂੰ ਉਮੀਦ ਹੈ ਕਿ ਸਾਡੇ ਬੱਚੇ ਜਿਹੜੇ ਗਲਤ ਰਾਹਾਂ ਤੇ ਪਏ ਆ, ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਬੱਚੇ ਇਹਨਾਂ ਰਾਹਾਂ ਤੋਂ ਦੂਰ ਜਾਣਗੇ, ਇਹ ਨਸ਼ੇ ਬੰਦ ਕਰਾਣਗੇ, ਔਰ ਸਾਡੇ ਜਿਹੜੇ ਬੱਚੇ ਬੇਰੁਜ਼ਗਾਰ ਨੇ, ਹੋਰ ਵੀ ਬੱਚੇ ਨੇ, ਉਹਨਾਂ ਨੂੰ ਕੰਮ ਮਿਲਣਗੇ ਤੇ ਆਪਣੇ ਘਰ ਪਰਿਵਾਰ ਸੁਖੀ ਵਸਾ ਸਕਣਗੇ। ਮੈਂ ਤੇ ਮਹਿਸੂਸ ਕਰਦੀ ਹਾਂ, ਮੇਰੀ ਵੱਲੋਂ ਅੱਜ ਤੋਂ ਇਹ ਡਿਕਲੇਅਰ ਕਰ ਦਿਓ ਵੀ ਅਸੀਂ 101% ਸੀਟ ਜਿੱਤ ਲਈ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ, ਹੁਣ ਮੈਂ ਤਾਂ ਸ਼ੇਰ ਸਿੰਘ ਗਿੱਲ ਜੀ ਨੂੰ ਕਹੂੰਗੀ ਬਾਕੀ ਸੀਟਾਂ ਦੇ ਵਿੱਚ ਜਾ ਕੇ ਤਿਆਰੀ ਕਰੋ। ਆਪਾਂ 117 ਦੀਆਂ 117 ਸੀਟਾਂ ਸਿੱਟਣੀਆਂ, ਇਹ ਸੀਟ ਅੱਜ ਡਿਕਲੇਅਰ ਕਰ ਦਿਓ, ਕੇਜਰੀਵਾਲ ਜੀ ਨੂੰ ਦੱਸ ਦਿਓ, ਆਪ ਪਾਰਟੀ ਨੂੰ ਦੱਸ ਦਿਓ, ਪੰਜਾਬ ਦੇ ਵਿੱਚ ਇਹ ਸੀਟ ਮਿਸਾਲੀ ਤੌਰ ਤੇ ਜਿੱਤੀ ਜਾਊਗੀ ਔਰ ਇੱਕ ਨੰਬਰ ਤੇ ਜਿੱਤੀ ਜਾਊਗੀ। ਸਰ, ਅੱਜ ਦਾ ਰੋਡ ਸ਼ੋਅ ਤੁਸੀਂ ਦੇਖਿਆ ਹੀ ਆ ਕਿ ਕਿਵੇਂ ਮੋਹਾਲੀ ਦੇ ਵਿੱਚ ਸ਼ਾਇਦ ਹੀ ਏਡਾ ਵੱਡਾ ਕਦੇ ਰੋਡ ਸ਼ੋਅ ਪਹਿਲਾਂ ਨਿਕਲਿਆ ਹੋਊਗਾ, ਤੇ ਇਹ ਵੀ 6 ਮੰਥਸ ਬਿਫੋਰ ਦੀ ਇਲੈਕਸ਼ਨਸ। ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੇ ਲੋਕ ਜੁੜ ਚੁੱਕੇ ਨੇ, ਤੇ ਜੋ ਸਾਨੂੰ ਫੀਡਬੈਕ ਆ ਰਿਹਾ ਹੈ ਕਿ ਦਿੱਲੀ ਦਾ ਵੀ ਰਿਕਾਰਡ ਟੁੱਟਣ ਜਾ ਰਿਹਾ ਹੈ। ਜਿਵੇਂ ਦਿੱਲੀ 'ਚ 96% ਰਿਜ਼ਲਟ ਆਇਆ ਸੀਗਾ, ਪੰਜਾਬ ਦੇ ਵਿੱਚ ਐਤਕੀ 117/117 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ, ਤੇ 2019 'ਚ ਆਮ ਆਦਮੀ ਪਾਰਟੀ ਦੇ ਹੀ ਪ੍ਰਧਾਨ ਮੰਤਰੀ ਭਾਰਤ 'ਚ ਬਣਨਗੇ। ਇਹ ਜਿਹੜਾ ਇਹ ਸ਼ੁਰੂਆਤ ਹੋਈ ਹੈ, ਤੁਸੀਂ ਦੇਖ ਲਓ ਅੱਜ ਸ਼ੁਰੂਆਤ ਆ, ਅਤੇ ਬਾਕੀ ਪਾਰਟੀਆਂ ਕੋਲ ਤਾਂ ਕਿੰਨੇ ਰਿਸੋਰਸਿਸ ਹੁੰਦੇ ਆ, ਕਿੰਨਾ ਕੁਛ ਹੁੰਦਾ ਹੈ, ਇਹ ਆਪ ਹੀ ਲੋਕ ਤੁਸੀਂ ਦੇਖ ਲਓ ਇਹਨਾਂ 'ਚੋਂ ਤੁਹਾਨੂੰ ਜਿਹੜੇ ਦੇ ਆਰ ਸਿਟੀਜ਼ਨਸ ਹੂ ਹੈਵ ਕਮ ਆਊਟ। ਆਮ ਆਦਮੀ ਪਾਰਟੀ ਇੱਕ ਸਿਟੀਜ਼ਨਸ ਮੂਵਮੈਂਟ ਬਣ ਜਾ ਰਹੀ ਆ, ਅਤੇ ਮੋਹਾਲੀ ਵਰਗਾ ਸ਼ਹਿਰ ਜਿਹਦੇ 'ਚ ਬਹੁਤ ਅਵੇਅਰ ਸਿਟੀਜ਼ਨਸ ਰਹਿੰਦੇ ਆ, ਅੱਜ ਉਹਨਾਂ ਨੇ ਮਸ਼ਾਲਾਂ ਚੁੱਕ ਕੇ ਅੱਜ ਉਹਨਾਂ ਨੇ ਬਿਗੁਲ ਵਜਾਇਆ, ਅਤੇ ਬਹੁਤ ਮੈਂ ਧੰਨਵਾਦੀ ਹਾਂ ਸਾਰੇ ਵਾਲੰਟੀਅਰਸ ਦਾ, ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਭ ਤੋਂ ਵੱਡੀ ਸਟਰੈਂਥ ਆ, ਜਿਹੜਾ ਆਮ ਆਦਮੀ ਪਾਰਟੀ ਦੇ ਓਨੈਸਟ ਪੈਸ਼ਨੇਟ ਅਤੇ ਜਿਹੜੇ ਬਹੁਤ ਮਿਹਨਤੀ, ਹਾਰਡ ਵਰਕਿੰਗ, ਸੱਚੇ ਸੁੱਚੇ, ਫੋਕਸਡ, ਸੈਲਫਲੈਸ ਵਾਲੰਟੀਅਰਸ ਹੈਗੇ ਆ, ਉਹਨਾਂ ਸਦਕੇ ਹੀ ਆਮ ਆਦਮੀ ਪਾਰਟੀ ਅੱਜ ਤੁਸੀਂ ਦੇਖੋ ਦਿੱਲੀ 'ਚ ਆਈ, ਅਤੇ ਪੰਜਾਬ ਦੇ ਵਿੱਚ ਵੀ ਜੋ ਰਿਪੋਰਟਾਂ ਆ ਰਹੀਆਂ, ਅਤੇ ਅੱਜ ਦਾ ਜਿਹੜਾ ਰੋਡ ਸ਼ੋਅ ਹੈਗਾ, ਇਹ ਸਾਡੇ ਵਾਲੰਟੀਅਰਸ ਦੀ ਜਿਹੜੀ ਮਿਹਨਤ ਹੈਗੀ ਆ, ਲਗਨ ਹੈਗੀ ਆ, ਉਹਦਾ ਨਤੀਜਾ ਹੈ, ਇਹ ਤਾਂ ਹਜੇ ਸ਼ੁਰੂਆਤ ਆ, ਤੁਸੀਂ ਦੇਖਿਓ ਅੱਜ। ਸਰ, ਤੁਸੀਂ ਸਰਵੇ ਕਰਵਾ ਲਓ, ਪੰਜਾਬ ਦੇ ਵਿੱਚ ਕਿਉਂ ਬੁਖਲਾਏ ਹੋਏ ਆ? ਕੈਪਟਨ ਅਮਰਿੰਦਰ ਸਿੰਘ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਕਰਦੇ ਆ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਉਹ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਕਰਦੇ ਆ ਗੱਲ, ਆਪਣੇ ਦੋਨੋਂ ਇੱਕ ਦੂਜੇ ਖਿਲਾਫ ਨਹੀਂ ਗੱਲ ਕਰ ਲਏ, ਇਹਨਾਂ 'ਚ ਇੱਕ ਫਿਕਸ ਮੈਕ ਚੱਲ ਰਿਹਾ, ਕਿਉਂਕਿ ਸਰਵੇਜ਼ ਇਹ ਆ ਰਹੀਆਂ ਕਿ ਇਸ ਵੇਲੇ ਬਹੁਤ ਇੱਕ ਵੱਡੀ ਕੀ ਕਹਿੰਦੇ ਇੱਥੇ ਇਨਕਲਾਬ ਆ ਰਿਹਾ, ਅਤੇ ਜੋ ਸਾਨੂੰ ਰਿਪੋਰਟਾਂ ਆ ਰਹੀਆਂ, ਤੁਸੀਂ ਦਸਾਂ 'ਚੋਂ ਪੁੱਛੋ 8 ਬੰਦੇ ਘੱਟੋ ਘੱਟ ਇਹ ਕਹਿੰਦੇ ਆ ਕਿ ਜੀ ਆਮ ਆਦਮੀ ਦੀ ਸਰਕਾਰ ਆ ਰਹੀ ਹੈ, ਅਤੇ ਜੇ 50% ਵੋਟਾਂ ਵੀ ਪੈ ਜਾਂਦੀਆਂ, ਅਤੇ ਤੁਸੀਂ ਕਿਸੇ ਸਫੋਲੋਜਿਸਟ ਨੂੰ ਪੁੱਛ ਲਓ, ਦੈਟ ਮੀਨਸ ਕਿ 100% ਰਿਜ਼ਲਟ ਪੰਜਾਬ ਦੇ ਵਿੱਚ 2017 'ਚ ਆਊਗਾ, ਅਤੇ 2019 'ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਮੰਤਰੀ ਇੰਡੀਆ 'ਚ ਬਣੂਗਾ। ਇਹ ਸੀ ਹਿੰਮਤ ਸਿੰਘ ਸ਼ੇਰਗਿੱਲ, ਜਿਨ੍ਹਾਂ ਦਾ ਕਹਿਣਾ ਹੈ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਹੋਏਗਾ। ਕੈਮਰਾਮੈਨ ਮਨੋਜ ਦੇ ਨਾਲ ਰਮੇਸ਼ ਕੁਮਾਰ, ਪਹਿਰੇਦਾਰ ਟੀਵੀ, SS ਨਗਰ, ਮੋਹਾਲੀ। ਆਮ ਆਦਮੀ।